ਨਵਜੋਤ ਸਿੰਘ ਸਿੱਧੂ ਦੇ ਏਜੰਡੇ ਦਾ ਆਧਾਰ ਪੰਜਾਬੀਆਂ ਦੇ ਮਨੇ 'ਤੇ ਇੱਕ ਵਾਰ ਉਹਨਾਂ ਨੇ ਉਹ ਏਜੰਡਾ ਪਰਖਣਾ। ਪੰਜਾਬ ਦੀ ਕਾਂਗਰਸ ਨੂੰ ਕੰਧ 'ਤੇ ਲਿਖਿਆ ਪੜ੍ਹ ਲੈਣਾ ਚਾਹੀਦਾ, ਆਹ ਜਿਹੜੀਆਂ ਲਿਚਕੜੀਚੀਆਂ ਨੇ, ਵਿਹਾਰ ਚਤਰਾਈਆਂ ਨੇ, ਡਿਸਿਪਲਿਨ ਦੀਆਂ ਗੱਲਾਂ ਫਲਾਨਾ, ਇਹਦੀ ਥਾਂ ਸੰਵਾਦ ਰਚਾਉਣਾ ਚਾਹੀਦਾ। ਨਵਜੋਤ ਸਿੰਘ ਸਿੱਧੂ ਦੇ ਏਜੰਡੇ 'ਤੇ ਸੰਵਾਦ ਨਹੀਂ ਰਚਾਇਆ ਗਿਆ, ਇਕੱਲਾ ਡਿਸਿਪਲਿਨ ਦੇ ਡੰਡੇ ਨਾਲ ਨਹੀਂ ਰੋਕਿਆ ਜਾ ਸਕਦਾ। ਜੇ ਕਾਂਗਰਸ ਨਹੀਂ ਬਦਲੂਗੀ ਇਹ ਭੁੱਲ ਜਾਣ, ਅਕਾਲੀ ਬਦਲ ਨਹੀਂ ਰਹੇ ਨਾ, ਪਤਾ ਸਾਰਾ ਕੁਛ ਹੱਥੇ ਨਹੀਂ ਕਿਤੇ ਪੈ ਰਿਹਾ, ਕਾਂਗਰਸ ਦਾ ਕਿਹੜਾ ਹੱਥ ਪੈ ਰਿਹਾ। ਪ੍ਰਤਾਪ ਸਿੰਘ ਬਾਜਵਾ ਨੇ ਵੀ ਉਹੀ ਗੱਲ ਹੀ ਕਹੀ ਸੀ ਕਿ ਨਵਜੋਤ ਸਿੰਘ ਸਿੱਧੂ ਵਰਗਾ ਲੀਡਰ ਉਹਨਾਂ ਦਾ ਤੋੜ ਕੋਈ ਨਹੀਂ, ਜੇ ਉਹ ਥੋੜ੍ਹਾ ਜਿਹਾ ਕੰਟਰੋਲ ਕਰਕੇ ਚੱਲਣ। ਜਦੋਂ ਤੁਸੀਂ ਅੱਗੇ ਹੀ ਪ੍ਰਧਾਨ ਸੀ ਤਾਂ ਤੁਸੀਂ ਵੇਖ ਹੀ ਲਿਆ 78 ਤੋਂ 18 'ਤੇ ਲੈ ਆਉਂਦਾ, ਹੁਣ ਕੀ ਹੋਰ ਚਾਹੁੰਦੇ ਨੇ ਇਹਨਾਂ ਨੂੰ ਪੁੱਛ ਲਓ। ਉਹ ਵੀ ਲਾਲਾ ਖੜਾ ਗਿਆ ਹੱਲ ਜੀ, ਮਹਿਰਾਜ ਰੈਲੀ ਨਾਲ ਖੜਾ ਹੱਲ ਗਿਆ ਸੀ। ਨਵਜੋਤ ਸਿੰਘ ਸਿੱਧੂ ਇੱਕ ਲੀਹਾ ਪਾੜ ਰਿਹਾ, ਲੀਹਾ ਪਾੜਨਾ ਉੱਥੇ ਜ਼ੋਰ ਵੀ ਲੱਗਦਾ, 3 ਇੰਚ ਨਹੀਂ ਜਾ ਰਿਹਾ ਸਟੈਂਡ ਤੋਂ ਪਿੱਛੇ ਹਟਿਆ, ਉਹ ਇੱਕ ਸੂਰਤ ਨਹੀਂ ਪਿੱਛੇ ਹਟਿਆ। ਉਹਦੇ ਮੁੱਦਿਆਂ ਬਾਰੇ, ਉਹਦੇ ਵਰਤਾਂਤ ਬਾਰੇ ਕਦੇ ਚਰਚਾ ਨਹੀਂ ਹੋਈ। ਐਂ ਬੋਲਦਾ ਜੀ, ਐਂ ਕਰਦਾ ਜੀ, ਤੂੰ ਆ ਕਰਦਾ ਜੀ, ਮੈਂ ਕਰਦਾ, ਸਾਰਾ ਪੰਜਾਬ ਭਾਸ਼ਾ ਵਿਗਿਆਨੀ ਬਣਾਤਾ ਮੁੱਦੇ ਰੋਲ 'ਤੇ। ਪ੍ਰਤਾਪ ਸਿੰਘ ਬਾਜਵਾ ਤੇ ਕਹਿੰਦੇ ਆ ਕਿ 78 ਵਾਲੀ ਕਾਂਗਰਸ ਨੂੰ 18 'ਤੇ ਲਿਆਉਣ ਵਾਲੀ ਨਵਜੋਤ ਸਿੰਘ ਸਿੱਧੂ ਹੈ। ਇਹਨਾਂ ਨੇ ਪੰਜਾਬ ਪੱਤਾ ਪਿੱਛੇ ਕਰਕੇ ਦਲਿਤ ਪੱਤਾ ਖੇਡਿਆ, ਸਿੱਧੂ ਦਾ ਏਜੰਡਾ ਪਿੱਛੇ ਕਰਤਾ, ਸਿੱਧੂ ਪ੍ਰਧਾਨ ਬਣਾਤਾ, ਪ੍ਰਧਾਨ ਬਣਾ ਕੇ ਗੱਲ ਉਹਦੀ ਕੋਈ ਮੰਨਦੇ ਨਹੀਂ। ਜੇ ਉਹਨੇ ਅਸਤੀਫਾ ਦੇ ਕੇ AG ਤੇ DGP ਬਦਲਾਏ ਤਾਂ ਥੋੜ੍ਹੀ ਜਿਹੀ ਗੱਲ ਉਹ ਸੈਣੀ ਵਾਲੀ ਅਤੇ ਮਜੀਠੀ ਵਾਲੀ ਸਹੀ ਰਾਹ ਪਈ। ਆਹ ਨਵੀਂ ਸਰਕਾਰ ਨੇ ਆ ਕੇ ਫਿਰ ਲਿੱਦ ਭੋਰਤੀ, ਅਤੇ ਪ੍ਰਧਾਨ ਬਣਾਤਾ ਨੋਮੀਨਲ, ਕੰਮ ਆਪਦਾ ਪੁਰਾਣਾ ਹੀ। ਇਸ ਕਰਕੇ ਜਿਹੜੇ ਇਹ ਕਹਿੰਦੇ ਨੇ ਉਹਦੇ ਕਰਕੇ ਹਾਰਿਆ, ਉਹਦੇ ਕਰਕੇ ਨਹੀਂ ਹਾਰੇ। ਮੈਂ ਉਦੋਂ ਵੀ ਕਿਹਾ ਸੀ ਬਦਲ ਜਾਓ ਨਹੀਂ ਬਦਲੇ ਜਾਓਗੇ। ਅਲੀ ਬਾਬਾ ਅਤੇ 40 ਚੋਰਾਂ ਦੀ ਜਿਹੜੀ ਸਰਕਾਰ ਚੱਲ ਗਈ ਨਾ, ਚੱਲ ਗਈ, ਜਿਹੜਾ ਇਹ ਹੈ ਨਾ ਵੀ ਉੱਤਰ ਕਾਟੋ ਮਾਏ ਚੜ੍ਹਾ, ਇਹਦਾ ਯੁੱਗ ਖਤਮ ਹੋਣ ਜਾ ਰਿਹਾ, ਅਤੇ ਜਿਹੜੇ ਨਹੀਂ ਬਦਲੇ ਗਏ ਨਾ ਜੀ ਫਿਰ। ਪੰਜਾਬ ਦੀ ਸਿਆਸਤ ਵਿੱਚ ਕੋਈ ਨਾ ਕੋਈ ਐਸੀ ਗੱਲ ਆ ਜਾਂਦੀ ਹੈ ਸਾਹਮਣੇ ਜਿਹਦੇ ਕਰਕੇ ਚਰਚਾ ਛਿੜਦੀ ਹੈ। ਹੁਣ ਚਰਚਾ ਕਾਂਗਰਸ ਦੇ ਦੋ ਵੱਡੇ ਲੀਡਰਾਂ ਦੇ ਵਿਚਾਲੇ ਵੀ ਛਿੜੀ ਹੈ, ਆਲੇ ਦੁਆਲੇ ਵੀ ਛਿੜੀ ਹੈ। ਪ੍ਰਤਾਪ ਸਿੰਘ ਬਾਜਵਾ ਇੱਕ ਬਿਆਨ ਸਾਂਝਾ ਕਰਦੇ ਨੇ ਜਿਸ ਵਿੱਚ ਉਹ ਨਵਜੋਤ ਸਿੰਘ ਸਿੱਧੂ ਦੀ ਸਿਆਸਤ ਬਾਰੇ ਕਹਿੰਦੇ ਆ ਕਿ ਉਹ ਆਓ ਸਾਡੇ ਧਰਨੇ ਲੱਗਣੇ ਆ, ਉੱਥੇ ਆ ਕੇ ਬੋਲੋ, ਨਾ ਕਿ ਵੱਖਰਾ ਅਖਾੜਾ ਲਾ ਲਓ। ਇਸ ਦਾ ਜਵਾਬ ਹਾਲੇ ਨਵਜੋਤ ਸਿੰਘ ਸਿੱਧੂ ਨੇ ਦੇਣਾ ਸੀ, ਉਸ ਤੋਂ ਪਹਿਲਾਂ ਬੋਲ ਪਏ ਮਾਲਵਿੰਦਰ ਸਿੰਘ ਮਾਲੀ, ਅਤੇ ਉਹੀ ਗੱਲ ਆ ਜਿਹੜੀ ਨਵਜੋਤ ਸਿੰਘ ਸਿੱਧੂ ਨੇ ਆਪਣੇ ਵਾਲ ਦੇ ਉੱਤੇ ਸ਼ੇਅਰ ਕਰ ਦਿੱਤੀ ਕਿ ਮੇਰੇ ਵੱਲੋਂ ਵੀ ਆਹੀ ਕੁਝ ਹੈ। ਉਹ ਸਾਡੇ ਨਾਲ ਖੁਦ ਬੈਠੇ ਨੇ, ਉਹਨਾਂ ਤੋਂ ਜਾਣਦੇ ਹਾਂ ਕਿ ਇਸ ਸਿਆਸਤ ਦੇ ਨਜ਼ਰੀਏ 'ਤੇ ਉਹਨੇ ਕੀ ਸੋਚ ਕੇ ਉਹ ਪੋਸਟ ਲਿਖੀ ਜਿਹੜੀ ਨਵਜੋਤ ਸਿੰਘ ਸਿੱਧੂ ਨੇ ਖੁਦ ਸਾਂਝੀ ਕੀਤੀ। ਮਾਲੀ ਸਾਹਿਬ, ਪ੍ਰਤਾਪ ਸਿੰਘ ਬਾਜਵਾ ਨੇ ਤਾਂ ਉਹੀ ਗੱਲ ਹੀ ਕਹੀ ਸੀ ਜਿਹੜੇ ਆਮ ਲੋਕ ਸਿਆਸਤ ਦੇ ਅੰਦਰ ਕਰ ਰਹੇ ਆ ਕਿ ਨਵਜੋਤ ਸਿੰਘ ਸਿੱਧੂ ਵਰਗਾ ਲੀਡਰ ਉਹਨਾਂ ਦਾ ਤੋੜ ਕੋਈ ਨਹੀਂ, ਜੇ ਉਹ ਥੋੜ੍ਹਾ ਜਿਹਾ ਕੰਟਰੋਲ ਕਰਕੇ ਚੱਲਣ। ਉਹਨਾਂ ਨੇ ਕੰਟਰੋਲ ਕਰਨ ਦੀ ਗੱਲ ਆਖੀ, ਤੁਸੀਂ ਉਸਦਾ ਮੋੜਵਾਂ ਜਵਾਬ ਆਪਣੇ ਢੰਗ ਨਾਲ ਦਿੱਤਾ। ਨਹੀਂ, ਉਹਨਾਂ ਨੇ ਵੱਖਰੇ ਖਾੜੇ ਦੀ ਗੱਲ ਕੀਤੀ। ਜਿਵੇਂ ਇੱਕ ਗੀਤ ਦੀ ਲਾਈਨ ਆ ਨਾ, ਹੋ ਗਈ ਲਾਲਾ ਖੜਾ ਗਿਆ ਹੱਲ ਜੀ। ਸੋ ਇਸ ਕਰਕੇ ਮਹਿਰਾਜ ਰੈਲੀ ਨਾਲ ਖੜਾ ਹੱਲ ਗਿਆ ਅਸਲ 'ਚ। ਕਿਹਦਾ ਖੜਾ ਕਿੰਨਾ ਹੱਲਿਆ ਇਹ ਤਾਂ ਬਾਅਦ ਦੀ ਗੱਲ ਆ। ਮੇਰੇ ਸਾਹਮਣੇ ਸਵਾਲ ਇਹ ਸੀ ਵੀ ਦੇਖੋ, ਨਵਜੋਤ ਸਿੰਘ ਸਿੱਧੂ ਇੱਕ ਲੀਹਾ ਪਾੜ ਰਿਹਾ, ਲੀਹਾ ਪਾੜਨਾ ਉੱਥੇ ਜ਼ੋਰ ਵੀ ਲੱਗਦਾ, ਉੱਥੇ ਹਲਚਲ ਵੀ ਬਹੁਤ ਹੁੰਦੀ ਆ, ਖੜਕਾ ਦੜਕਾ ਵੀ ਹੁੰਦਾ। ਜਿਹੜਾ ਚੱਲ ਰਿਹਾ ਪ੍ਰਚਲਿਤ ਲੀਹਾ, ਉਹ 'ਚ ਮਾੜੇ ਢੱਗੇ ਵੀ ਕਾਫੀ ਬੋਝ ਖਿੱਚ ਕੇ ਲੈ ਜਾਂਦੇ ਆ, ਇਹ ਕੋਈ ਉਹਦੀ ਪਹਿਲੀ ਗੱਲ ਤਾਂ ਹੈ ਨਹੀਂ। ਸਰਕਾਰ ਦੇ ਵਿੱਚ ਹੁੰਦਿਆਂ ਹੋਇਆਂ ਉਹਨੇ ਬਹੁਤ ਸਾਰੀਆਂ ਗੱਲਾਂ ਰੱਖੀਆਂ ਵੀ ਇਹਦੀ ਕਾਰਪੋਰੇਸ਼ਨ ਬਣਾਓ, ਇਹਦੀ ਕਾਰਪੋਰੇਸ਼ਨ ਬਣਾਓ, ਕੇਬਲ 'ਤੇ ਕੰਟਰੋਲ ਕਰੋ। ਉਦੋਂ ਬਾਅਦ ਚੁੱਪ ਹੋ ਗਿਆ ਨਾ ਜੀ, ਉਹਦੀ ਚੁੱਪ ਵੀ ਬੋਲਦੀ ਰਹੀ। ਕਰਤਾਰਪੁਰ ਸਾਹਿਬ ਦੇ ਲਾਂਘੇ 'ਤੇ ਅਮਰਾਨ ਸਿੰਘ ਨੇ ਕਿੰਨੇ ਆਪਦੇ ਕ੍ਰਿਕਟਰ ਨੂੰ ਸੱਦੇ ਪਹੁੰਚਿਆ, ਤਾਂ ਇਹੀ ਨਾ ਇਕੱਲਾ। ਉੱਥੇ ਜਾ ਕੇ ਜੋ ਇਹਨੇ ਵਰਤਾਂਤ ਸਿਰਜਿਆ,
ਜਿਹਨੂੰ ਮੈਂ ਕਹਿੰਦਾ ਬਾਬਾ ਗੁਰੂ ਨਾਨਕ ਸਾਹਿਬ ਦੇ ਫਲਸਫੇ ਦਾ ਵਰਤਾਂਤ ਸੀ ਉਹ, ਤੁਸੀਂ ਦੇਖੋ ਸਹੀ ਨਾ, ਉਹ ਕਹਿੰਦਾ ਜੀਵੇ ਬ੍ਰਹਮੰਡ, ਜੀਵੇ ਪੌਣ ਪਾਣੀ, ਜੀਵੇ ਪਾਕਿਸਤਾਨ, ਜੀਵੇ ਭਾਰਤ। ਮਤਲਬ ਇਹ ਕਿਹੜੀ ਪਿੱਚ ਆ ਜਦੋਂ ਤੁਸੀਂ ਸੋਚਦੇ ਹੋ ਇੱਕ ਪੰਜਾਬ ਦਾ ਸਿਆਸਤਦਾਨ ਬੋਲ ਰਿਹਾ, ਅਤੇ ਜਦੋਂ ਉਹਨੂੰ ਹੰਗਾਰਾ ਮਿਲਦਾ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਣ ਦਾ, ਉਹ ਕਹਿੰਦਾ ਜੀਵੇ ਮੇਰਾ ਯਾਰ ਇਮਰਾਨ ਖਾਨ। ਸੋ ਕਈ ਵਾਰ ਨਾ ਬੰਦਿਆਂ ਦਾ ਰੌਂ ਹੁੰਦਾ, ਜਿਵੇਂ ਕਹਿੰਦੇ ਨੇ ਇੱਕ ਚੰਗਿਆੜੀ ਜੰਗਲ ਨੂੰ ਅੱਗ ਲਾ ਸਕਦੀ ਹੈ। ਹਾਲਾਤ ਬਹੁਤ ਵਿਸਫੋਟਕ ਬਣੇ ਹੋਏ ਸੀ ਅਤੇ ਉਹਨੇ ਇਹ ਚੰਗਿਆੜੀ ਲਾਈ ਅਤੇ ਉਹਦੇ ਮਗਰ ਸਾਰਾ ਮੁਲਕ ਪੈ ਗਿਆ। ਫੌਜੀ ਨੂੰ ਜੱਫੀ ਪਾਈ ਜੀ, ਕੈਪਟਨ ਉਦੋਂ ਅੱਗੇ, ਹਰਸਿਮਰਤ ਬਾਦਲ ਉਦੋਂ ਅੱਗੇ, ਨੈਸ਼ਨਲ ਮੀਡੀਆ ਉਦੋਂ ਅੱਗੇ, ਪਰ ਆਖਿਰ 'ਚ ਨਤੀਜਾ ਕੀ ਨਿਕਲਿਆ? ਮੰਤਰੀ ਮੰਡਲ ਦੀ ਮੀਟਿੰਗ 'ਚ ਇਹ ਸੀ ਵੱਡੀ ਦੂਰਬੀਨ ਲਾਉਣੀ, ਫੈਸਲਾ ਕਰਨਾ ਪੈ ਗਿਆ ਵੀ ਹਾਂ ਲਾਂਘਾ ਖੁੱਲੂਗਾ। ਕੀ ਕਿਹਾ ਸੀ ਉਹਨੇ ਉੱਥੇ? ਉਹਨੇ ਕਿਹਾ ਜੀ ਵਾਹਗਾ ਬਾਰਡਰ ਖੋਲ੍ਹੋ, ਇਹ ਖੁਸ਼ਹਾਲੀ ਦਾ ਦੌਰ ਆ, ਸਾਡੀ ਕਿਸਮਤ ਨੂੰ ਜਿੰਦਰੇ ਲਾ ਤੇ ਤੁਸੀਂ। ਤੁਸੀਂ ਕਰਾਚੀ ਆ ਜਿਹੜਾ ਮਤਲਬ ਬੰਬੇ ਤੋਂ ਸਾਰਾ ਖੁੱਲ੍ਹਿਆ ਹੋਇਆ, ਇਹ ਸਾਰਾ ਤੁਸੀਂ ਕਰ ਕੀ ਰਹੇ ਹੋ? ਉਹ ਕੋਈ ਰਾਸ਼ਟਰ ਵਿਰੋਧੀ ਗੱਲ ਤਾਂ ਹੈ ਨਹੀਂ ਸੀ। ਉਹ ਕਹਿੰਦਾ ਸੀ ਅਮਨ ਸ਼ਾਂਤੀ ਦੀ ਲੋੜ ਆ ਪਾਕਿਸਤਾਨ ਨਾਲ। ਹੁਣ ਸਾਡਾ ਜਿਹੜਾ ਰਾਸ਼ਟਰਵਾਦ ਆ ਇਹ ਬੱਚੇ ਖਾਣੀ ਸੱਪਣੀ ਆ, ਇਹ ਇੱਕ ਅੰਦਰੋਂ ਦੁਸ਼ਮਣ ਖੜ੍ਹਾ ਕਰਦਾ, ਮਤਲਬ ਪੀੜਤ ਨੂੰ ਦੋਸ਼ੀ ਗਰਦਾਨਦਾ, ਉਹਦਾ ਬਾਹਰਲੇ ਦੁਸ਼ਮਣ ਨਾਲ ਲਿੰਕ ਜੋੜਦਾ, ਫਿਰ ਇਹ 'ਚ ਹਵਾ ਭਰਦੀ ਆ। ਉਹ ਬੰਦਾ ਆਪਾਂ ਕਹਿੰਦੇ ਨਾ ਇੱਕ ਇੰਚ ਨਹੀਂ ਜਾ ਰਿਹਾ ਸਟੈਂਡ ਤੋਂ ਪਿੱਛੇ ਹਟਿਆ, ਉਹ ਇੱਕ ਸੂਤ ਨਹੀਂ ਪਿੱਛੇ ਹਟਿਆ। ਬਹੁਤ ਬੰਦਿਆਂ ਨੇ ਕਿਹਾ ਉਹਨੂੰ ਵੀ ਪਿੱਛੇ ਹਟ ਜਾ, ਨੁਕਸਾਨ ਹੋਊ, ਮਾਫ਼ੀ ਮੰਗ ਲੈ, ਜੇ ਕਰ ਲਾ, ਨਹੀਂ ਹੋਇਆ। ਚਲੋ ਉਦੋਂ ਬਾਅਦ ਉਹਨੇ ਪੰਜਾਬ 'ਚ ਮੁੱਦਿਆਂ ਦੀ ਸਿਆਸਤ ਉਭਾਰੀ। ਉਸ ਵੇਲੇ ਵੀ ਮੇਰੀ ਪੁਜੀਸ਼ਨ ਇਹ ਸੀ, ਮੈਂ ਉਹਦੀ ਮੁੱਦਿਆਂ ਦੀ ਸਿਆਸਤ ਨਾਲ ਸਹਿਮਤ ਸੀ, ਮੁੱਦੇ ਉਹਦੇ ਪੰਜਾਬ ਨਾਲ ਸੰਬੰਧਿਤ ਸੀ। ਉਹ ਕਹਿੰਦਾ ਪੰਜਾਬ ਜਿਹੜੇ ਸੰਕਟ ਦੇ ਵਿੱਚ ਫਸ ਰਿਹਾ, ਜਾ ਰਿਹਾ ਦਿਵਾਲੀਆ ਹੋਣ ਵੱਲ, ਇਹਨੂੰ ਇਹ ਤੋਂ ਰੋਕਣ ਦਾ ਸਹੀ ਰਾਹ ਪਾਉਣ ਦਾ ਰਾਹ ਇਹ ਆ। ਉਹਦੇ ਮੁੱਦਿਆਂ ਬਾਰੇ, ਉਹਦੇ ਵਰਤਾਂਤ ਬਾਰੇ ਕਦੇ ਚਰਚਾ ਨਹੀਂ ਹੋਈ, ਕਿਸੇ ਨੇ ਨਹੀਂ ਕਿਹਾ ਇਹ ਗਲਤ ਆ ਜਾਂ ਠੀਕ ਆ, ਇਹ ਐਂ ਬੋਲਦਾ ਜੀ, ਐਂ ਕਰਦਾ ਜੀ, ਤੂੰ ਤੂੰ ਆ ਕਰਦਾ ਜੀ, ਮੈਂ ਕਰਦਾ, ਸਾਰਾ ਪੰਜਾਬ ਭਾਸ਼ਾ ਵਿਗਿਆਨੀ ਬਣਾਤਾ ਮੁੱਦੇ ਰੋਲ 'ਤੇ। ਪਰ ਪ੍ਰਤਾਪ ਸਿੰਘ ਬਾਜਵਾ ਤਾਂ ਕਹਿੰਦੇ ਆ ਕਿ 78 ਵਾਲੀ ਕਾਂਗਰਸ ਨੂੰ 18 'ਤੇ ਲਿਆਉਣ ਵਾਲੀ ਨਵਜੋਤ ਸਿੰਘ ਸਿੱਧੂ ਹੈ। ਦੇਖੋ ਇਹਦੇ ਬਾਰੇ ਵੱਖੋ ਵੱਖਰੇ ਵਿਚਾਰ ਹੋ ਸਕਦੇ ਆ। ਕਿਸਾਨ ਅੰਦੋਲਨ ਨੇ ਇੱਕ ਵਰਤਾਂਤ ਸਿਰਜਤਾ ਸੀ, ਪੱਤੇ ਖੋਰਤੇ ਸੀ, ਹਿੰਦੂ ਪੱਤਾ, ਮੁਸਲਿਮ ਪੱਤਾ, ਦਲਿਤ ਪੱਤਾ, ਇਹ ਨਹੀਂ ਚੱਲਣੇ, ਪੰਜਾਬ ਪੱਤਾ ਚੱਲਣਾ ਸੀ। ਇਹਨਾਂ ਨੇ ਪੰਜਾਬ ਪੱਤਾ ਪਿੱਛੇ ਕਰਕੇ ਦਲਿਤ ਪੱਤਾ ਖੇਡਿਆ। ਕਿਹਨੇ ਖੇਡਿਆ? ਸਿੱਧੂ ਨੇ ਖੇਡਿਆ। ਇਹਨਾਂ ਨੇ ਸਿੱਧੂ ਦਾ ਏਜੰਡਾ ਪਿੱਛੇ ਕਰਤਾ, ਸਿੱਧੂ ਪ੍ਰਧਾਨ ਬਣਾਤਾ, ਪ੍ਰਧਾਨ ਬਣਾ ਕੇ ਗੱਲ ਉਹਦੀ ਕੋਈ ਮੰਨਦੇ ਨਹੀਂ। ਜੇ ਉਹਨੇ ਅਸਤੀਫਾ ਦੇ ਕੇ ਏ ਜੀ ਅਤੇ ਡੀ ਜੀ ਪੀ ਬਦਲਾਏ ਤਾਂ ਥੋੜ੍ਹੀ ਜਿਹੀ ਗੱਲ ਉਹ ਸੈਣੀ ਵਾਲੀ ਅਤੇ ਮਜੀਠੀ ਵਾਲੀ ਸਹੀ ਰਾਹ ਪਈ, ਆਹ ਨਵੀਂ ਸਰਕਾਰ ਨੇ ਆ ਕੇ ਫਿਰ ਲਿੱਧ ਭੋਰਤੀ, ਉਹ ਗਾਹ ਨਹੀਂ ਤੋਰੀ। ਸੋ ਉਹਦਾ ਏਜੰਡਾ ਨਹੀਂ ਲਾਗੂ ਹੋਣ ਦਿੱਤਾ, ਉਹਨੂੰ ਜਥੇਬੰਦੀ ਨਹੀਂ ਬਣਾਉਣ ਦਿੱਤੀ, ਉਹ ਤਾਂ ਲੜਦਾ ਰਿਹਾ ਇਸ ਗੱਲ 'ਤੇ। ਤੁਸੀਂ ਪ੍ਰਧਾਨ ਬਣਾਤਾ ਨੋਮੀਨਲ, ਕੰਮ ਆਪਦਾ ਪੁਰਾਣਾ ਉਹ ਉਸੇ ਤਰ੍ਹਾਂ ਚੱਲੂ। ਇਸ ਕਰਕੇ ਜਿਹੜੇ ਇਹ ਕਹਿੰਦੇ ਨੇ ਉਹਦੇ ਕਰਕੇ ਹਾਰਿਆ, ਉਹਦੇ ਕਰਕੇ ਨਹੀਂ ਹਾਰੇ ਜਦੋਂ ਅਨੈਲਿਸਿਸ, ਕਿਉਂਕਿ ਇਹ ਸਮਝ ਨਹੀਂ ਸਕੇ ਵੀ ਪੰਜਾਬ ਨੂੰ ਬਦਲਾਅ ਦੀ ਲੋੜ ਆ, ਬਦਲਵੀਂ ਸਿਆਸਤ ਦੀ ਲੋੜ ਆ। ਆਮ ਆਦਮੀ ਪਾਰਟੀ ਵਾਲੇ ਰੌਲਾ ਪਾਉਂਦੇ ਰਹੇ ਬਦਲ ਬਦਲ ਬਦਲਾਅ ਬਦਲਾਅ ਦੀ ਗੱਲ, ਸਿੱਧੂ ਦੇ ਏਜੰਡੇ ਨੂੰ ਵੀ ਲਿਪ ਸਰਵਿਸ ਦਿੰਦੇ ਰਹੇ, ਹਾਂਜੀ ਹਾਂ ਠੀਕ ਆ ਜੀ ਠੀਕ ਆ ਠੀਕ ਆ। ਮੈਂ ਉਦੋਂ ਵੀ ਕਿਹਾ ਸੀ ਬਦਲ ਜੋ ਨਹੀਂ ਬਦਲੇ ਜਾਓਗੇ। ਅਲੀ ਬਾਬਾ ਅਤੇ 40 ਚੋਰਾਂ ਦੀ ਜਿਹੜੀ ਸਰਕਾਰ ਚੱਲ ਗਈ ਨਾ, ਚੱਲ ਗਈ, ਜਿਹੜਾ ਇਹ ਆ ਨਾ ਵੀ ਉੱਤਰ ਕਾਟੋ ਮੈਂ ਚੜ੍ਹਾ, ਇਹਦਾ ਯੁੱਗ ਖਤਮ ਹੋਣ ਜਾ ਰਿਹਾ, ਅਤੇ ਜਿਹੜੇ ਨਹੀਂ ਬਦਲੇ ਬਦਲੇ ਗਏ ਇਹਨਾਂ ਦੀ ਫਿਰ। ਪਰ ਇਹਦੇ ਵਿੱਚ ਇਹ ਨਵਜੋਤ ਸਿੰਘ ਸਿੱਧੂ ਦਾ ਕੀ ਕਸੂਰ ਆ? ਕੀ ਇਹਦੀ ਅਗਵਾਈ 'ਚ ਚੋਣ ਲੜੀ ਗਈ? ਕੀ ਇਹਦੇ ਏਜੰਡੇ 'ਤੇ ਲੜੀ ਗਈ? ਇਹਨੂੰ ਤਾਂ ਪਿੱਛੇ ਤੱਕ ਕੇ ਖੜਾ ਤਾ। ਸਮਾਂ 'ਤੇ ਹੋਇਆ ਉਲਟ, ਮਜੀਠੀ ਉੱਥੋਂ ਉੱਥੇ ਗਿਆ, ਸਾਰਿਆਂ ਨੇ ਰਲ ਕੇ, ਜੇ 18 ਕਾਂਗਰਸ ਦੀ ਜਿੱਤ ਸਕਦੇ ਸੀ, ਸਿੱਧੂ ਵੀ ਜਿੱਤ ਸਕਦਾ ਸੀ ਨਾ ਜੀ, ਸਾਰਿਆਂ ਨੇ ਰਲ ਕੇ ਹਰਾਇਆ, ਮੰਨ ਲਓ ਚਲੋ ਹੋ ਗਿਆ। ਹਾਰਨ ਤੋਂ ਬਾਅਦ ਉਹਦੀ ਉਹ ਮੈਦਾਨ 'ਚ ਨਿਕਲਿਆ,
15-20 ਦਿਨਾਂ 'ਚ ਸਰਕਾਰ ਗੋਡੇ ਦਮ ਕਰ ਲਈ, ਏਜੰਡਾ ਦਿੱਤਾ ਨਾ, ਸੱਦਾ ਦਿੱਤਾ ਭਗਵੰਤ ਮਾਨ ਨੇ ਵੀ ਆ ਬਹਿ ਕੇ ਗੱਲ ਕਰਦੇ ਹਾਂ। ਭਗਵੰਤ ਮਾਨ ਹੁਣ ਕਹਿੰਦਾ ਉਹਦਾ ਜਵਾਬ ਕੀ ਦੇਣਾ, ਉਹਦੇ ਕੋਲ ਕਿਹੜਾ ਕੀ ਉਹਦਾ, ਉਦੋਂ ਉਹਦੇ ਕੋਲ ਕੀ ਉਹਦਾ ਸੀ, ਉਦੋਂ ਦਾ ਤਾਜ਼ਾ ਤਾਜ਼ਾ ਹਾਰਿਆ ਸੀ। ਸੋ ਇਸ ਕਰਕੇ ਜਿਹੜੀ ਮਹਾਰਾਜ ਰੈਲੀ ਕੀਤੀ ਆ, ਨਵਜੋਤ ਸਿੰਘ ਸਿੱਧੂ ਨੇ ਆਪਣਾ ਜਿਹੜਾ ਵਰਤਾਂਤ ਸੀ ਉਹਨੂੰ ਹੋਰ ਗਹਿਰੇ ਰੂਪ 'ਚ ਪੇਸ਼ ਕੀਤਾ। ਉਹ ਕਹਿੰਦੇ ਵੱਖਰੀ ਰੈਲੀ ਜਾਂ ਵੱਖਰੇ ਥਾਂ ਦੇ ਉੱਤੇ ਬੋਲਣਾ, ਉਹੀ ਵੱਖਰੇ ਅਖਾੜੇ ਵਾਲੀ ਗੱਲ, ਉਹਦਾ ਕੋਈ ਫਾਇਦਾ ਨਹੀਂ। ਪਾਰਟੀ ਨੂੰ ਪਹਿਲਾਂ ਨੁਕਸਾਨ ਹੋ ਗਿਆ, ਹੁਣ ਫਿਰ ਹੋ ਜਾਣਾ। ਅਸੀਂ 2 ਦਿਨਾਂ ਬਾਅਦ ਧਰਨੇ ਦੇਣੇ ਆ, ਉਹਨਾਂ ਦੀਆਂ ਸਟੇਜਾਂ 'ਤੇ ਆ ਕੇ ਬੋਲੇ, ਆਪਣੇ ਵਿਚਾਰ ਰੱਖੇ, ਜਿਹੜੀ ਵਿਚਾਰਧਾਰਾ ਹੈ ਅਸੀਂ ਕਿਹੜਾ ਰੋਕਿਆ। ਨਹੀਂ, ਉਹ ਕਹਿੰਦੇ ਸਾਡੀਆਂ ਸਟੇਜਾਂ 'ਤੇ ਆ ਕੇ ਸਾਡੇ ਵਾਂਗੂ ਬੋਲ, ਸਾਡੀਆਂ ਸਟੇਜਾਂ 'ਤੇ ਆ ਕੇ ਸਾਡੇ ਵਾਂਗੂ ਬੋਲ, ਆਹ ਵੱਖਰੀ ਸੁਰ ਨਾਲ ਉਚਾਰ। ਪਹਿਲਾਂ ਵੀ ਉਹ ਸਾਂਝੇ ਰੈਲੀਆਂ 'ਚ ਬੋਲਦਾ ਸੀ ਨਾ ਜੀ, ਇੱਥੇ ਆਪਣਾ ਆਪਣਾ ਯੂਥ ਵਿੰਗ ਦਾ ਪ੍ਰਧਾਨ ਸੀ, ਉਹ ਕਹਿੰਦਾ ਨਾਂ ਉਹ ਲੈ ਕੇ ਦੱਸੋ, 75 ਕੌਣ ਨੇ, 25 ਕੌਣ ਨੇ, ਉਹ ਸੰਕੇਤਕ ਬੋਲਦਾ ਸੀ। ਉਹਨੇ ਆਪਣੇ ਮੋਢਿਆਂ 'ਤੇ ਕਾਂਗਰਸ ਦੇ ਪਾਪਾਂ ਦਾ ਕੋਈ ਭਾਰ ਨਹੀਂ, ਉਹ ਤਾਂ ਕਹਿੰਦਾ ਭਗਵੰਤ ਮਾਨ ਨੂੰ ਵੀ ਕਹਿੰਦਾ ਜਿਹਨੇ ਲੁੱਟ ਕੀਤੀ ਆ ਕਰਜ਼ਾਂ 'ਚ, ਫੜ ਅੰਦਰ ਦੇ ਕਿਸੇ ਦੇ, ਉਹ ਇਹਦੇ ਬਾਰੇ ਬੋਲਦਾ ਨਹੀਂ ਨਾ। ਖੈਰੇ ਬਾਰੇ ਉਹ ਬੋਲਿਆ ਕਿਉਂਕਿ ਖੈਰੇ ਨਾਲ ਨਜਾਇਜ਼ ਕੀਤੀ ਆ ਬੋਲਣ ਕਰਕੇ, ਕੋਈ ਤਾਂ ਸਿੱਧੂ ਨਾਲ ਵੀ ਨਜਾਇਜ਼ ਆ, ਜੇਲ੍ਹ ਕਟਾਈ ਆ, ਕਿਹੜਾ ਉਹਦਾ ਕੁਛ ਬਣਦਾ ਸੀ, ਇਮਰਾਨ ਨਾਲ ਵੀ ਉੱਧਰ ਕੀ ਹੋਇਆ। ਨਵੀਂ ਜਦੋਂ ਸੋਚ ਆਉਂਦੀ ਆ ਨਾ ਉਦੋਂ ਬੜੇ ਪੰਗੇ ਪੈਂਦੇ ਨੇ। ਸੋ ਇਸ ਕਰਕੇ ਉਦੋਂ ਤਾਂ ਵੱਖਰਾ ਅਖਾੜਾ ਨਹੀਂ ਸੀ ਸਿੱਧੂ ਦਾ, ਜਦੋਂ ਉਹਨੇ ਹਾਰਨ ਤੋਂ ਬਾਅਦ ਤੋਰੀ ਸੀ। ਹੁਣ ਆਪ ਤਾਂ ਇਹ ਕਹਿੰਦੇ ਨੇ ਇੰਡੀਆ ਅਲਾਇੰਸ ਅਸੀਂ ਪੰਜਾਬ 'ਚ ਲਾਗੂ ਨਹੀਂ ਕਰਨਾ, ਅਤੇ ਇਹਨਾਂ ਨੂੰ ਵੱਖਰਾ ਅਖਾੜਾ ਬਣਾਉਣ ਦਾ ਕਿਉਂ ਹੱਕ ਮਿਲ ਗਿਆ ਜੀ? ਜੇ ਲੋਕ ਇਹ ਕਹਿੰਦੇ ਨੇ ਤੁਸੀਂ ਹਾਈ ਕਮਾਂਡ ਦੇ ਉਲਟ ਬੋਲਦੇ ਹੋ, ਕਹਿੰਦੇ ਪਾਰਟੀ 'ਚ ਜਮਹੂਰੀਅਤ ਬੋਲਣ ਦੀ, ਜੇ ਤੁਹਾਨੂੰ ਬੋਲਣ ਦੀ, ਤੁਹਾਡੇ ਵਿੱਚ ਉਹਨੂੰ ਬੋਲਣ ਦੀ ਜਮਹੂਰੀਅਤ ਕਿਉਂ ਨਹੀਂ? ਤੁਹਾਡੇ ਹਿਸਾਬ ਨਾਲ ਨਵਜੋਤ ਸਿੰਘ ਸਿੱਧੂ ਦੀ ਇਸ ਸਿਆਸਤ ਤੋਂ, ਇਹਨਾਂ ਏਜੰਡਿਆਂ ਤੋਂ, ਇਸ ਬਿਆਨਬਾਜ਼ੀ ਤੋਂ ਬਾਕੀ ਕਾਂਗਰਸੀਆਂ ਨੂੰ ਡਰ 'ਤੇ ਪੈ ਕਿਉਂ ਆ? ਉਹ ਇਸ ਕਰਕੇ ਆ ਕਿਉਂਕਿ ਇਹ ਕਾਂਗਰਸ ਭਗਵੰਤ ਮਾਨ ਦੇ ਖਿਲਾਫ ਸਿਆਸੀ ਲੜਾਈ ਦੇਣ ਦੇ ਸਮਰੱਥ ਨਹੀਂ। ਭਗਵੰਤ ਮਾਨ ਨੇ ਉਹੀ ਨੀਤੀਆਂ ਪਾਲਸੀਆਂ ਲਾਗੂ ਕਰ ਰਿਹਾ ਜਿਹੜੀਆਂ ਇਹ ਕਰਦੇ ਰਹੇ, ਚਾਹੇ ਸ਼ਰਾਬ ਦੀ ਨੀਤੀ ਲੈ ਲਓ, ਕੇਬਲ ਦੀ ਨੀਤੀ ਲਓ, ਜਿੰਨੇ ਮਰਜ਼ੀ ਗਲਾ ਲਓ ਤੁਸੀਂ, ਸਿਰਫ ਇੱਕੋ ਗੱਲ ਆ ਨਾ ਵੀ 600 ਯੂਨਿਟ ਫਰੀ ਦਿੱਤੇ ਨੇ, 600 ਯੂਨਿਟ ਵੀ ਫਰੀ ਵਾਅਦੇ ਤੋਂ ਮੁੱਕਰ ਕੇ ਦਿੱਤੇ ਨੇ। ਜਿਹੜਾ ਸਵਾਲ ਸਿੱਧੂ ਉਠਾਉਂਦਾ ਵੀ ਤੂੰ ਇਹ ਕਿਹਾ ਸੀ ਇਹਨਾਂ ਦੇ ਪੈਸੇ ਮੈਂ ਸਮਝੌਤੇ ਮੁੜ ਵਿਚਾਰ ਕੇ ਕੱਢੂੰ, ਸਸਤੀ ਬਿਜਲੀ ਉਹਨਾਂ ਤੋਂ ਲਊਂਗਾ, ਬਿਨਾਂ ਬਿਜਲੀ ਵਰਤੇ ਜਿਹੜੇ ਪੈਸੇ ਦਿੱਤੇ ਜਾਂਦੇ ਆ ਉਹ ਬੰਦ ਕਰੂੰ, ਉਹ ਤਾਂ ਤੂੰ ਕੀਤੇ ਨਹੀਂ। 70,000 ਕਰੋੜ ਦਾ ਨਵਾਂ ਕਰਜ਼ਾ ਆਪਦੇ ਸਿਰ ਚੜ੍ਹ ਗਿਆ। ਇਸ ਕਰਕੇ ਕਾਂਗਰਸ ਵਾਲੇ ਇਹ 2 ਗੱਲਾਂ ਕਰਕੇ ਨੇ, ਇੱਕ ਤਾਂ ਇਹ ਆ ਨਾ ਜਿਹੜਾ ਕਹਿੰਦੇ ਨੇ ਵੀ ਇਕੱਲਾ ਇਕੱਲਾ ਜਾ ਕੇ ਮਿਲ ਲੈਂਦਾ ਵੀ ਯਾਰ ਮੇਰੇ ਮਗਰ ਨਾ ਪਏ, ਮੈਂ ਕੀ ਗੱਲ ਕੀਤੀ ਆ, ਮਿਲਦਾ ਨਹੀਂ ਮਿਲਦਾ ਮੈਂ ਨਹੀਂ ਇਹਦੇ ਬਾਰੇ ਕਹਿੰਦਾ, ਪਰ ਗੱਲ ਇਹ ਆ ਵੀ ਉਹਦੇ ਕੋਲ ਫਾਈਲਾਂ ਤਾਂ ਹੈਗੀਆਂ, ਫਾਈਲਾਂ ਤਾਂ ਕੈਪਟਨ ਅਮਰਿੰਦਰ ਕਹਿੰਦਾ ਵੀ 40 ਬੰਦਿਆਂ ਦੀਆਂ ਮੈਂ ਦਿੱਤੀਆਂ ਨੇ ਸੋਨੀਆ ਨੂੰ ਵੀ ਲੁੱਟ ਮਚਾ ਰੱਖੀ ਆ, ਪਰ ਜਦੋਂ ਉਹਨੂੰ ਕਹਿੰਦੇ ਸੀ ਅਲੀ ਬਾਬਾ 40 ਚੋਰ ਉਦੋਂ ਮਿਣ ਕਰਦਾ ਸੀ। ਸੋ ਇਸ ਕਰਕੇ ਇਹ ਉਹਦੇ ਖਿਲਾਫ ਸਿਆਸੀ ਲੜਾਈ ਦੇਣ ਦੇ ਸਮਰੱਥ ਨਹੀਂ। ਉਹ ਆ ਜਿਹੜਾ ਉਹਨੇ ਕੀ ਕਿਹਾ ਉੱਥੇ, ਹਾਈ ਕਮਾਂਡ ਦੇ ਨਾਲ ਖੜਾਂਗਾ, ਪੰਜਾਬ ਦੇ ਲਈ ਲੜਾਂਗਾ, ਇਹ ਕਿਹੜੀ ਪਾਰਟੀ ਦੀ ਕਿਹੜੀ ਨੀਤੀ ਦੀ ਉਲੰਘਣਾ ਜੀ? ਉਹਨੇ ਇੰਨੀ ਕਿਹਾ ਵੀ ਜੇ ਜਿਹਨੇ ਚੋਰੀ ਕੀਤੀ ਆ ਠੀਕ ਆ ਜੀ ਫੜੋ। ਉਹ ਕਾਂਗਰਸ ਦਾ ਭਾਰ ਉਹ ਕਿਉਂ ਕਹੇ ਜੀ ਵੀ ਜੋ ਅਮਰਿੰਦਰ ਵੇਲੇ ਹੋਇਆ ਉਹ ਸਹੀ ਹੋਇਆ, ਜਿਹੜੇ ਉਹਦੇ ਭਾਗੀਦਾਰ ਰਹੇ ਉਹ ਜੀ ਸਦ ਕੇ ਉਹਨੂੰ ਕਹਿਣ, ਉਹਦੇ ਮਨ 'ਤੇ ਕੀ ਭਾਰ ਆ? ਉਹ ਇਹਦੀ ਸਮੱਸਿਆ ਅਸਲ 'ਚ ਇਹ ਆ ਵੀ ਜਿਹੜੇ ਜਿੰਨਾ ਰਿਸਪੋਂਸ ਮਿਲਿਆ ਉਹ ਰੈਲੀ ਨੂੰ, ਕਿਉਂਕਿ ਉਹਨੇ ਕਈ ਗੱਲਾਂ ਸੁਧਾਰ ਕੀਤੀਆਂ ਆਪਣੇ 'ਚ। ਇੱਕ ਤਾਂ ਉਹਨੇ ਉਹ ਤਿਆਗਤਾ ਦਰਸ਼ਨੀ ਘੋੜੇ ਵਾਲਾ, ਕਹਿੰਦਾ ਛੱਡਤੀ ਜੀ ਆਪਾਂ ਇਹ ਗੱਲ, ਅਹੁਦਿਆਂ ਦਾ ਆਗੂ ਮਥਾਜ ਨਹੀਂ ਹੁੰਦੇ, ਆਗੂ ਦਾ ਕਰਦਾਰ ਵਿਹਾਰ ਗੁਫਤਾਰ ਰਫਤਾਰ ਅਤੇ ਵਿਚਾਰ ਚਾਹੀਦੇ ਨੇ। ਜਿਹੜੇ ਕਹਿੰਦੇ ਜੇਲ੍ਹ 'ਚੋਂ ਆਉਣ ਸਰ ਭੜਥੂ ਪੈ ਜੂ ਕਾਂਗਰਸ 'ਚ, ਕੁਛ ਨਹੀਂ ਹੋਇਆ ਨਾ, ਬਿਲਕੁਲ ਨਹੀਂ ਕੁਛ ਹੋਇਆ। ਠੀਕ ਆ ਉਹ ਗਾਹੇ ਬਗਾਹੇ ਪ੍ਰੈਸ ਕਾਨਫਰੰਸ, ਚਲੋ ਮਜਬੂਰੀਆਂ ਵੀ ਰਹੀਆਂ ਉਹਦੀਆਂ, ਮਤਲਬ ਪਰਿਵਾਰਕ ਸਮੱਸਿਆਵਾਂ ਰਹੀਆਂ, ਘਰ ਵਾਲੀ ਦੀ ਐਡੀ ਵੱਡੀ ਗੱਲ ਹੁੰਦੀ ਆ, ਹੁਣ ਬੇਟੇ ਦੀ ਵੀ ਸ਼ਾਦੀ ਸੀ ਤੁਹਾਨੂੰ ਪਤਾ ਕਈ ਗੱਲਾਂ ਹੁੰਦੀਆਂ। ਜੇ ਹੁਣ ਮੈਦਾਨ 'ਚ ਨਿਤਰਿਆ ਇਹ ਕਾਂਗਰਸ ਦੇ ਵਿਰੋਧ 'ਚ ਕਿਵੇਂ ਆ ਜੀ?
ਕਾਂਗਰਸ ਦੀ ਕਿਹੜੀ ਨੀਤੀ ਪਾਲਸੀ ਦੇ ਖਿਲਾਫ਼ ਬੋਲਿਆ, ਪਰ ਜੋ ਉਹ ਬੋਲਿਆ ਭਗਵੰਤ ਮਾਨ ਦੇ ਖਿਲਾਫ਼ ਇਹ ਬੋਲਣ ਜੋਗਰੇ ਨਹੀਂ ਹੈਗੇ, ਕਿਉਂਕਿ ਇਹਨਾਂ ਨੇ ਫਾਈਲਾਂ ਉਹ ਨਾਲ ਦੀ ਨਾਲ ਖੜਕਾ ਜਾਂਦਾ। ਪਰ ਕੀ ਨਵਜੋਤ ਸਿੰਘ ਸਿੱਧੂ ਆਪਣੀ ਇਸ ਤਰ੍ਹਾਂ ਦੀ ਸਿਆਸਤ ਨੂੰ ਅੱਗੇ ਤੋਰਦੇ ਰਹੇ ਤੇ ਉਹ ਕਾਮਯਾਬ ਹੋ ਜਾਣਗੇ, ਫਿਰ ਤੇ ਕਾਂਗਰਸ ਪਾਰਟੀ 'ਚ ਤਾਂ ਰਾਹ ਨਹੀਂ ਲੱਭਣਾ, ਖਾਸ ਕਰਕੇ ਪੰਜਾਬ ਦੀ ਲੀਡਰਸ਼ਿਪ ਤਾਂ ਆਲੇ ਦੁਆਲੇ ਆ। ਦੇਖੋ ਜੀ, ਜਦੋਂ ਆਪਾਂ ਕਹਿੰਦੇ ਮੁਲਕ ਸੰਕਟ 'ਚ, ਪੰਜਾਬ ਸੰਕਟ 'ਚ, ਸਾਰੀਆਂ ਸਿਆਸੀ ਪਾਰਟੀਆਂ ਵੀ ਸੰਕਟ 'ਚ ਨੇ, ਕਾਂਗਰਸ ਪਾਰਟੀ ਤੁਹਾਨੂੰ ਲੱਗਦਾ ਸੰਕਟ 'ਚ ਨਹੀਂ? ਜਿਹੜੇ ਇਹ ਕਹਿੰਦੇ 78 ਤੋਂ 18 ਰਹਿ ਗਈਆਂ, ਕਾਂਗਰਸ ਦਾ ਕਿੱਥੋਂ ਆ ਗਿਆ? ਹਾਈ ਕਮਾਂਡ ਬਦਲ ਰਹੀ ਹੈ ਨਾ ਆਪਣੇ ਆਪ ਨੂੰ। ਜਿਹੜਾ ਯਾਤਰਾ ਕੀਤੀ ਉਹਨੇ, ਪੈਦਲ ਯਾਤਰਾ ਕੀਤੀ, ਉਹਦੇ ਵਿੱਚ ਉਹਨੇ ਮੁੱਦੇ ਲਿਆਂਦੇ ਨਾ ਜੀ, ਮਹਿੰਗਾਈ ਦਾ ਵੀ ਲਿਆਂਦਾ, ਐਜੂਕੇਸ਼ਨ ਪਾਲਿਸੀ ਦਾ ਵੀ ਲਿਆਂਦਾ, ਉਦਯੋਗਾਂ ਦਾ ਵੀ ਲਿਆਂਦਾ, ਆਮਦਨ ਦਾ ਪਾੜਾ ਕਿਵੇਂ ਵੱਧ ਰਿਹਾ ਉਹ ਵੀ ਲਿਆਂਦਾ, ਅਤੇ ਪੰਜਾਬ ਆ ਕੇ ਉਹਨੇ ਇੱਕ ਗੱਲ ਕਹੀ ਰਾਹੁਲ ਨੇ, ਪੰਜਾਬ ਦੀ ਫਿਤਰਤ, ਪੰਜਾਬ ਦੀ ਰਹਿਤਲ, ਪੰਜਾਬ ਦਾ ਇਤਿਹਾਸ, ਪੰਜਾਬ ਦੀ ਵਿਰਾਸਤ ਇਹੀ ਜੀ ਆ, ਉਹਦੇ ਹੋਰ ਸ਼ਬਦ ਸੀ, ਮੈਂ ਆਪਣੀ ਵਿਆਖਿਆ ਕਰਨਾ, ਪੰਜਾਬ ਨੂੰ ਬਾਹਰੋਂ ਨਹੀਂ ਹੱਕਿਆ ਜਾ ਸਕਦਾ। ਇਹਦਾ ਮਤਲਬ ਜੇ ਤਨਜ ਚਾਹੇ ਕੇਜਰੀਵਾਲ ਅਤੇ ਭਗਵੰਤ ਮਾਨ 'ਚ ਇੱਕ ਗੱਲ ਤਾਂ ਹੈਗੀ ਆ ਨਾ, ਪੰਜਾਬ ਨੂੰ ਆਪ ਪੰਜਾਬ ਬਾਰੇ ਸੋਚਣਾ, ਚਲਾਉਣਾ ਅਤੇ ਅੱਗੇ ਵਧਣਾ ਚਾਹੀਦਾ। ਜੇ ਇੰਡੀਆ ਗੱਠਜੋੜ ਬਣਾਇਆ ਉਹਨੇ, ਉੱਥੇ ਉਹਨੇ ਕਿਹਾ ਜ਼ਰੂਰੀ ਨਹੀਂ ਕਾਂਗਰਸ ਦਾ ਪ੍ਰਧਾਨ ਮੰਤਰੀ ਹੋਵੇ, ਮੈਂ ਪ੍ਰਧਾਨ ਮੰਤਰੀ ਦੀ ਰੇਸ 'ਚ ਨਹੀਂ। ਠੀਕ ਆ, ਰਾਜਾਂ ਦੇ ਵਿੱਚ ਉਹ ਗੱਲ ਗਾਹਾਂ ਨਹੀਂ ਤੁਰੀ, ਝਟਕਾ ਲੱਗਿਆ ਸਾਰਿਆਂ ਨੂੰ, ਉਦੋਂ ਬਾਅਦ ਫਿਰ ਮੁੜ ਕੇ ਉਹ ਗੱਲ ਤੁਰ ਰਹੀ ਹੈ। ਇਹ ਇਸ ਕਰਕੇ ਇਹ ਜਿਹੜਾ ਬਦਲਾਅ ਦਾ ਦੌਰ ਆ ਉੱਤੋਂ ਤਾਂ ਸ਼ੁਰੂ ਹੋ ਗਿਆ, ਰਾਜਾਂ 'ਚ ਡਿੱਕੇ ਨੇ, ਰਾਜਾਂ 'ਚ ਨਾ ਪੀੜ੍ਹੀ ਬਦਲ, ਜਿਹਨੂੰ ਆਪਾਂ ਕਹਿੰਦੇ ਹਾਂ ਨਵੀਂ ਫੋਰਸ, ਨਵਾਂ ਵਿਚਾਰ ਆ, ਬੁੱਢੇ ਖੁੰਡੂ ਨੂੰ ਆਤਮਸ਼ਾਤ ਨਹੀਂ ਕਰਦੇ, ਕਰ ਲੈਂਦੇ ਹੁੰਦੇ ਨੇ, ਬਹੁਤ ਸਾਰੇ ਬੰਦੇ ਬਦਲ ਜਾਂਦੇ ਹੁੰਦੇ ਨੇ। ਉੱਤੋਂ ਉਹਨੇ G20 ਗਰੁੱਪ ਜਿਹੜਾ ਸੀ ਉਹਨੂੰ ਕਿਹਾ ਕਰ ਲਓ ਯਾਰ ਤੁਸੀਂ ਜਿਹੜਾ ਕਰਨਾ, ਉਹ 'ਚੋਂ ਕਈ ਮੁੜੇ ਆਏ, ਬਾਕੀ ਰਹਿ ਗਏ। ਹੁਣ ਆਹ ਜਿਹੜਾ ਝਟਕਾ ਲੱਗਿਆ ਚੋਣਾਂ 'ਚ, ਉਹਦੇ ਵਿੱਚ ਵੀ ਤੁਸੀਂ ਦੇਖੋ, ਆਂਧਰਾ ਪ੍ਰਦੇਸ਼ ਦੇ ਵਿੱਚ ਜਗਨੰਦਨ ਮੋਹਨ ਰੈਡੀ ਨੂੰ ਜੇ ਉੱਥੋਂ ਦਾ ਪ੍ਰਧਾਨ ਬਣਾ ਦਿੰਦੇ, ਕਿੱਧਰ ਜਾਂਦੀ ਸੀ ਕਾਂਗਰਸ? ਬਣ ਨਹੀਂ ਦਿੱਤਾ ਨਾ, ਮੁੱਖ ਮੰਤਰੀ ਬਣਿਆ ਬੈਠਾ, ਮਮਤਾ ਮੁੱਖ ਮੰਤਰੀ ਬਣੀ ਬੈਠੀ ਆ। ਮੱਧ ਪ੍ਰਦੇਸ਼ 'ਚ ਕੀ ਹੋਇਆ? ਸਰਕਾਰ ਕਿਉਂ ਟੁੱਟੀ? ਵਿਜੇ ਰਾਜੇ ਸਿੰਧੀ ਦੀ ਥਾਂ ਆ ਬੁੱਢੇ ਉਹਨੂੰ ਦੇਤੀ, ਅਤੇ ਉਹਨੇ ਐਤਕੀ ਜਿਹੜੇ ਪੈਂਤੜੇ 'ਤੇ ਚੋਣ ਲੜੀ ਆ, ਜਿਵੇਂ ਅਖਿਲੇਸ਼ ਦਾ ਮਖੌਲ ਉਠਾਇਆ, ਇੰਨੀਆਂ ਸੀਟਾਂ ਸੀ, 5 ਸੀਟਾਂ ਅਖਿਲੇਸ਼ ਨੂੰ ਦੇ ਦਿੰਦੇ, ਕੀ ਫਰਕ ਪੈਣਾ ਸੀ ਜੀ? ਰਾਜਸਥਾਨ ਦੇ ਵਿੱਚ ਵੀ ਹੋ ਚੱਲਿਆ ਸੀ ਨਾ, ਸੰਭਲ ਗਿਆ। ਪੰਜਾਬ ਦੇ ਵਿੱਚ ਵੀ ਉਹ ਪੀੜ੍ਹੀ ਬਦਲ ਸਮੱਸਿਆ, ਸੋਚ ਬਦਲਣ ਦੀ ਸਮੱਸਿਆ। ਇਹ ਜਿਹੜੀ ਕਾਂਗਰਸ ਇਹ ਹੈ ਨਾ ਵੀ ਉੱਤਰ ਕਾਟੋ ਮੈਂ ਚੜ੍ਹਾਂ, ਵੀ ਇਹ ਹਾਰ ਜੂ ਉਦੋਂ ਬਾਅਦ ਸਾਡੀ ਵਾਰੀ, ਅਸੀਂ ਹਾਰ ਜਾਂਗੇ ਉਦੋਂ ਵਾਰੀ। ਹੁਣ ਹਾਲਤ ਬਦਲ ਗਈ, ਹਾਲਤ ਇਹ ਬਦਲ ਗਈ, ਜਿਹੜਾ ਬੰਦਾ ਇਹ ਨਾਰਾ ਦੇ ਕੇ ਆਇਆ ਸੀ ਨਾ ਕਾਂਗਰਸ ਮੁਕਤ ਭਾਰਤ, ਉਹ ਕਹਿੰਦਾ ਆਲੋਚਨਾ ਮੁਕਤ ਭਾਰਤ, ਜਿਹੜੇ ਉਹਦੇ ਆਲੋਚਨਾ ਕਰਦਾ ਨਾਲ ਦੇ ਨਾਲ ED ਅਤੇ ਹੋਰ ਸਾਰੇ ਆ ਜਾਂਦੇ, ਜਿਹੜਾ ਆ ਜਾਂਦਾ ਬਚ ਜਾਂਦਾ। ਹੁਣ ਉਹ ਕਹਿੰਦਾ ਵਿਰੋਧੀ ਧਿਰ ਮੁਕਤ ਸੰਸਦ, ਇਤਿਹਾਸ ਸਿਰਜਿਆ ਜਾ ਰਿਹਾ ਨਾ ਜੀ, ਕਿਹੜੀ ਗੱਲ 'ਤੇ? ਉਹ ਗਰੀਬ ਬੱਚੇ ਜਿਹੜੇ ਭਗਤ ਸਿੰਘ ਦੀ ਸੋਚ ਤੋਂ ਪ੍ਰੇਰਿਤ ਸੀ, ਭਗਵੰਤ ਸਿੰਘ ਨੇ ਕਿਹੜਾ, ਭਗਤ ਸਿੰਘ ਨੇ ਕਿਹੜਾ ਬੋਲੇ ਕੰਨਾਂ ਨੂੰ ਸੁਣਾਉਣ ਲਈ ਗੱਲ ਕੀਤੀ? ਪ੍ਰਧਾਨ ਮੰਤਰੀ ਨੇ 9 ਸਾਲਾਂ 'ਚ ਕਿਸੇ ਨਾਲ ਪ੍ਰੈਸ ਕਾਨਫਰੰਸ ਨਹੀਂ ਕੀਤੀ, ਕਿਸੇ ਦਾ ਜਵਾਬ ਨਹੀਂ ਦਿੰਦਾ, ਸੰਸਦ ਜਾ ਕੇ ਸਵਾਲਾਂ ਦਾ ਜਵਾਬ ਨਹੀਂ ਦਿੰਦਾ। ਜੇ ਉਹਨੇ ਉਹਨਾਂ ਤੋਂ ਪ੍ਰੇਰਿਤ ਹੋ ਕੇ ਬੋਲੇ ਕੰਨਾਂ ਨੂੰ ਸੁਣਾਉਣ ਲਈ ਉਹ ਇੱਕ ਰੰਗ ਜਾ ਚਲਾਤਾ, ਉੱਥੇ ਕਿਹੜਾ ਤੂਫਾਨ ਆ ਗਿਆ ਜੀ? ਉੱਥੇ UAPA ਲਾਤਾ ਤੁਸੀਂ ਉਹਨਾਂ ਦਾ, ਉਹਨਾਂ ਦਾ ਪਿਛੋਕੜ ਕੋਈ ਉਹੋ ਜਿਹਾ ਨਹੀਂ ਬਣਦੇ, ਫਿਰ ਉਹਦੇ ਬਾਰੇ ਬੋਲਣ ਨੂੰ ਤਿਆਰ ਨਹੀਂ, ਦੱਸਣ ਨੂੰ ਤਿਆਰ ਨਹੀਂ। ਵਿਰੋਧੀ ਧਿਰ ਚਲੋ ਠੀਕ ਹੈ ਮੁੱਦਾ ਉਠਾਉਂਦੀ ਆ, ਪਰ ਵਿਰੋਧੀ ਧਿਰ ਇਹ ਵੀ ਨਾਲ ਉਠਾਵੇ ਨਾ ਮਹਿੰਗਾਈ ਦਾ ਮੁੱਦਾ, ਬੇਰੁਜ਼ਗਾਰੀ ਦਾ ਮੁੱਦਾ, ਜਿਹੜਾ ਭਗਤ ਸਿੰਘ ਦੀ ਸੋਚ 'ਤੇ ਚੱਲਦੇ ਆ ਉਹਨਾਂ ਨੇ ਉਭਾਰਿਆ। ਭਗਤ ਸਿੰਘ ਨੇ ਕਿਹਾ ਸੀ ਨਾ, ਮੈਨੂੰ ਖਤਰਾ ਅੰਗਰੇਜ਼ਾਂ ਦੇ ਜਾਣ ਤੋਂ ਬਾਅਦ ਇਸ ਮੁਲਕ ਦੇ ਹੱਥ ਕਾਲੇ ਅੰਗਰੇਜ਼ਾਂ ਦੇ ਹੱਥ ਨਾ ਆ ਜਾਏ, ਅਤੇ ਆ ਗਿਆ ਹੁਣ, ਕਿਉਂਕਿ ਕੁਛ ਤਾਂ ਇਹੀ ਕਹਿੰਦੇ ਨੇ ਵੀ 70 ਸਾਲਾਂ 'ਚ ਕੁਛ ਨਹੀਂ ਹੋਇਆ। ਇਹਨਾਂ ਨੇ ਕੀ ਕੀਤਾ ਉਹ ਤੁਸੀਂ ਦੇਖ ਲਓ, ਕਾਲਾ ਧਨ ਬਾਹਰੋਂ ਆਊਗਾ ਜੀ, 2 ਕਰੋੜ ਨੌਕਰੀਆਂ ਦੇਵਾਂਗੇ ਜੀ, ਕਾਲਾ ਧਨ ਤਾਂ ਬਾਹਰ ਨੂੰ ਛਾਲਾਂ ਮਾਰਦਾ ਜਾਂਦਾ, ਉਹ ਆਈ ਆ ਨਾ ਤੋਮਰ ਬਾਰੇ ਜਿਹਦੇ ਵਿੱਚ ਆਪਣਾ
ਆਪਣਾ ਸਰਸਾ ਦਾ ਨਾਮ ਹੀ ਆਉਂਦਾ ਵੀ ਇੰਨੇ 100 ਕਰੋੜ ਤਾਂ ਮੇਰੇ ਰਾਹੀਂ ਬਾਹਰ ਇਨਵੈਸਟ ਹੋਇਆ, ਬੋਲਿਆ ਕਿ ਉਹਦੇ ਬਾਰੇ ਜਵਾਬ ਦਿੱਤਾ। ਸੋ ਇਸ ਹਾਲਤ ਦੇ ਵਿੱਚ ਵਿਰੋਧੀ ਧਿਰ ਨੂੰ ਉਹ ਮੁੱਦੇ ਵੀ ਉਠਾਉਣੇ ਚਾਹੀਦੇ ਨੇ, ਜਿਵੇਂ ਇੱਕ ਇੰਡੀਆ ਦਾ ਸੰਕਲਪ ਲਿਆਂਦਾ, ਨਫ਼ਰਤ ਦੀ ਥਾਂ ਪਿਆਰ, ਤੋੜਨ ਦੀ ਥਾਂ ਜੋੜੋ, ਨਾਰਾ ਕੀ ਆ, ਭਾਰਤ ਜੁੜੇਗਾ ਇੰਡੀਆ ਜਿੱਤੇਗਾ। ਇਹਦੇ ਆਧਾਰ 'ਤੇ ਕੌਮਨ ਮਿਨੀਮਮ ਪ੍ਰੋਗਰਾਮ ਬਣਾਉਣ, ਐਵੇਂ ਇੱਕ ਹੁਣ ਚਿਹਰੇ ਦੀ ਸਿਆਸਤ ਦੀ ਸ਼ੁਰਲੀ ਜੀ ਛੱਡਤੀ, ਚਾਹੇ ਖੜ ਗਏ ਨੇ ਧੜਕ ਬੋਚੀ ਆ ਵੀ ਪਹਿਲਾਂ ਜਿੱਤ ਤਾਂ ਲਈਏ, ਪਰ ਇਹਨੇ ਉਹਨਾਂ ਦੇ ਵਿੱਚ ਮਤਲਬ ਕੇਜਰੀਵਾਲ ਅਤੇ ਮਮਤਾ ਨੇ ਛਿੰਗੜੀ ਜੀ ਤਾਂ ਛੇੜਤੀ ਨਾ ਜੀ। ਇਸੇ ਤਰ੍ਹਾਂ ਪੰਜਾਬ ਕਾਂਗਰਸ ਨੂੰ ਪੰਜਾਬ ਫੋਕਸ ਏਜੰਡਾ ਅਪਣਾਉਣ ਦੀ ਲੋੜ ਆ, ਆਪਣੀ ਸਮਝ ਪਹੁੰਚ ਸਾਰੇ ਕਾਸੇ ਬਾਰੇ ਬਦਲਣ ਦੀ ਲੋੜ ਆ। ਜਿਵੇਂ ਉਦੋਂ ਇਹ ਨਹੀਂ ਸਮਝੇ ਵੀ ਪੰਜਾਬ ਨੂੰ ਬਦਲਾਅ ਦੀ ਲੋੜ ਆ, ਹੁਣ ਇਹ ਨਹੀਂ ਸਮਝ ਰਹੇ ਮੁਲਕ ਨੂੰ ਬਦਲਾਅ ਦੀ ਲੋੜ ਆ। ਤੁਸੀਂ ਗੱਲ ਕੌਮੀ ਸਿਆਸਤ ਦੀ ਤਾਂ ਕੀਤੀ ਹੈ, ਨਾ ਲਗਵੇਂ ਆਪਾਂ ਅਖੀਰਲਾ ਹੀ ਸਵਾਲ ਹੈ ਪੰਜਾਬ ਦੀ ਗੱਲ ਕਰ ਲਈਏ। ਜਿੰਨਾ ਹੱਥ ਸੱਤਾ ਆ ਆਮ ਆਦਮੀ ਪਾਰਟੀ, ਉਹਨਾਂ ਦੇ ਸੁਪਰੀਮੋ ਨੂੰ ਦੂਜੀ ਵਾਰੀ ਈਡੀ ਦਾ ਨੋਟਿਸ ਆਇਆ ਅਤੇ ਕਹਿੰਦੇ ਹੁਣ ਚਰਚਾ ਇਹ ਚੱਲੀ ਹੈ ਕਿ ਉਹ 10 ਕੁ ਦਿਨਾਂ ਦੇ ਲਈ ਕਹਿੰਦੇ ਪੰਜਾਬ ਹੀ ਆ ਰਹੇ ਹੈ, ਪੰਜਾਬ 'ਚੋਂ ਪਨਾਹ ਲੈ ਰਹੇ ਹੈ, ਜਾਂ ਵਾਕਈ ਉਹਨਾਂ ਦਾ ਪਹਿਲਾਂ ਦਾ ਪ੍ਰੋਗਰਾਮ ਸੀ ਕਿ ਈਡੀ ਦੇ ਨੋਟਿਸ ਆਉਂਦੇ ਰਹਿਣਾ ਸੀ ਆਪਣਾ ਕੰਮ ਕਰਨਾ। ਦੇਖੋ ਆਮ ਆਦਮੀ ਦਾ ਜਿਹੜੀ ਸਲੇਡਾ ਸਿਆਸਤ ਦਾ ਮੋਹਰੀ ਆ ਨਾ ਕੇਜਰੀਵਾਲ, ਉਹਦਾ ਇੱਕ ਭਰਮ ਤਾਂ ਟੁੱਟ ਗਿਆ, ਜਿਹੜੇ ਭਰਮ ਨੂੰ ਸਿਰਜਣ ਲਈ ਪੰਜਾਬ ਦਾ ਖਜ਼ਾਨਾ ਉਜਾੜਿਆ ਸੀ ਮੋਦੀ ਦਾ ਬਦਲਾ ਜਿਹੜਾ ਉਹ ਆ ਜੀ ਅਰਵਿੰਦ ਕੇਜਰੀਵਾਲ, ਹੁਣ ਤਾਂ ਉਹ ਟੁੱਟ ਗਿਆ। ਪਰ ਅਸਲ ਗੱਲ ਇਹ ਹੈ ਉਹਦਾ ਜਿਸਮ ਤਾਂ ਇੰਡੀਆ 'ਚ ਆ, ਉਹਦੀ ਰੂਹ ਇੰਡੀਆ ਦੇ ਵਿੱਚ ਬੈਠੀ ਆ, ਜਿਹਦੇ ਕਰਕੇ ਉਹ ਸਮੱਸਿਆਵਾਂ ਕ੍ਰੀਏਟ ਕਰਦਾ। ਪਹਿਲਾਂ ਵੀ ਕ੍ਰੀਏਟ ਕੀਤੀ ਸੀ ਆਰਡੀਨੈਂਸ ਵਾਲਾ ਮਸਲਾ ਬਣਾਓ ਜੀ ਏਜੰਡਾ, ਫਿਰ ਵੀ ਕੀਤੀ ਸੀ, ਚਿਹਰਾ ਪੇਸ਼ ਕਰੋ ਜੀ, ਉਹ ਵੀ ਨਹੀਂ ਚੱਲੀ। ਹੁਣ ਮਾੜੀ ਜਿਹੀ ਉਹ ਦਾਅ ਚੱਲ ਗਿਆ, ਇਹਦਾ ਨਫ਼ਾ ਨੁਕਸਾਨ ਕੀ ਹੁੰਦਾ ਆਉਣ ਵਾਲੇ ਸਮੇਂ 'ਚ ਹੋਊ। ਹੁਣ ਉਹ ਵਿਪਾਸਨਾ ਕਰ ਰਿਹਾ ਆ ਕੇ ਹੁਸ਼ਿਆਰਪੁਰ, ਤੁਸੀਂ ਇਹ ਦੇਖੋ ਹੁਣ ਇੱਕ ਹਿਸਾਬ ਨਾਲ ਪੰਜਾਬ ਪੁਲਿਸ ਉਹਦੀ ਪ੍ਰੋਟੈਕਸ਼ਨ ਕਰੂਗੀ, ਪਰ ਕੀ ਜੇ ਮੰਨ ਲਓ ਉਹਦੀ ਗ੍ਰਿਫਤਾਰੀ ਦੇ ਸੰਬੰਧ ਹੋ ਜਾਣ, ਇਹਨਾਂ ਦੀ ਇੰਨੀ ਜ਼ਰੂਰਤ ਹੈਗੀ ਆ ਵੀ ਇਹ ਈਡੀ ਨੂੰ ਰੋਕ ਦੇਣਗੇ ਵੀ ਅਸੀਂ ਗ੍ਰਿਫਤਾਰੀ ਨਹੀਂ ਹੋਣ ਦੇਣੀ? ਪਰ ਮੈਂ ਸੁਣਿਆ ਦੂਜਾ ਨੋਟਿਸ ਆ, ਫਿਰ ਤੀਜਾ ਨੋਟਿਸ ਦੇਣ ਤੋਂ ਬਾਅਦ ਉਹ ਆਪਣੇ ਪ੍ਰੋਸੈਸ ਨੂੰ ਅੱਗੇ ਚਲਾ ਰਹੇ ਨੇ। ਸੋ ਇਹ ਇੱਕ ਹਿਸਾਬ ਨਾਲ ਉਹ ਪਨਾਹ ਦੇ ਵਿੱਚ ਆਇਆ, ਕਿਉਂਕਿ ਹਾਲਾਤ ਇਹ ਬਣ ਗਏ। ਸ਼ਾਇਦ ਮੈਂ ਤੁਹਾਨੂੰ ਪਹਿਲਾਂ ਵੀ ਕੀਤੀ ਆ ਵੀ ਡੁੱਬੇਗੀ ਕਿਸ਼ਤੀ ਤੋਂ ਡੁੱਬੇਗੇ ਸਾਰੇ, ਨਾ ਹਮ ਹੀ ਬਚੇਂਗੇ ਨਾ ਸਾਥੀ ਦੁਆਰੇ। ਪੰਜਾਬ ਦੀ ਕਾਂਗਰਸ ਨੂੰ ਕੰਧ 'ਤੇ ਲਿਖਿਆ ਪੜ੍ਹ ਲੈਣਾ ਚਾਹੀਦਾ, ਆਹ ਜਿਹੜੀਆਂ ਲਿੱਚ ਕੜੀਚੀਆਂ ਨੇ ਬਿਹਾਰ 'ਚ ਤਰਾਈਆਂ ਨੇ, ਡਿਸਿਪਲਿਨ ਦੀਆਂ ਗੱਲਾਂ ਫਲਾਨਾ, ਇਹਦੀ ਥਾਂ ਸੰਵਾਦ ਰਚਾਉਣਾ ਚਾਹੀਦਾ। ਨਵਜੋਤ ਸਿੰਘ ਸਿੱਧੂ ਦੇ ਏਜੰਡੇ 'ਤੇ ਸੰਵਾਦ ਨਹੀਂ ਰਚਾਇਆ ਗਿਆ ਅੱਜ ਤੱਕ। ਕਾਂਗਰਸ ਦੇ ਵਿਧਨ ਸੰਵਾਦ ਰਚਾਉਣ, ਬੈਠਕਾਂ ਕਰਨ ਵੀ ਕਾਂਗਰਸ ਦੀ ਕੀ ਸੋਚ ਅਤੇ ਸੇਧ ਹੋਣੀ ਚਾਹੀਦੀ ਆ। ਇਕੱਲਾ ਡਿਸਿਪਲਿਨ ਦੇ ਡੰਡੇ ਨਾਲ ਨਹੀਂ ਰੋਕਿਆ ਜਾ ਸਕਦਾ, ਕਿਉਂਕਿ ਬਦਲਾਅ ਦੀ ਲੋੜ ਆ। ਜੇ ਕਾਂਗਰਸ ਨਹੀਂ ਬਦਲੂਗੀ, ਇਹ ਭੁੱਲ ਜਾਣ, ਅਕਾਲੀ ਬਦਲ ਨਹੀਂ ਰਹੇ ਨਾ, ਆਪਦਾ ਸਾਰਾ ਕੁਛ ਹੱਥੇ ਨਹੀਂ ਕਿਤੇ ਪੈ ਰਿਹਾ, ਕਾਂਗਰਸ ਦਾ ਕਿਹੜਾ ਹੱਥ ਪੈ ਰਿਹਾ? ਨਵਜੋਤ ਸਿੰਘ ਸਿੱਧੂ ਦੇ ਏਜੰਡੇ ਦਾ ਆਧਾਰ ਪੰਜਾਬੀਆਂ ਦੇ ਮਨ 'ਚ, ਇੱਕ ਵਾਰ ਉਹਨਾਂ ਨੇ ਉਹ ਏਜੰਡਾ ਪਰਖਣਾ। ਮੈਂ ਬੰਦੇ ਦੇ ਹੱਕ 'ਚ ਜਾਂ ਬੰਦੇ ਦੇ ਵਿਰੋਧ 'ਚ ਨਹੀਂ, ਮੈਂ ਤਾਂ ਉਹਦੇ ਵਿਚਾਰ ਦੇ ਵਿਰੋਧ 'ਚ ਹਾਂ। ਇੱਕ ਵਾਰ ਮੈਨੂੰ ਕਿਸੇ ਨੇ ਪੁੱਛਿਆ ਜੇ ਨਵਜੋਤ ਸਿੰਘ ਸਿੱਧੂ ਇਹ ਏਜੰਡਾ ਛੱਡ ਗਿਆ, ਮੈਂ ਸਭ ਤੋਂ ਪਹਿਲਾਂ ਮਾਲੀ ਹੋਊ ਜਿਹੜਾ ਉਹਦੇ ਖਿਲਾਫ਼ ਬੋਲੂ, ਕਿਉਂਕਿ ਸੰਵਾਦ ਦੀ ਲੋੜ ਆ। ਬੰਦੇ ਦਾ ਬੰਦਾ ਅਤੇ ਬੰਦੇ ਦਾ ਵਿਰੋਧੀ ਹੋਣ ਦੀ ਥਾਂ ਵਿਚਾਰ ਦੇ ਨਾਲ ਜੁੜਨ ਦੀ ਲੋੜ ਆ, ਸਹਿਮਤੀ ਅਸਹਿਮਤੀ ਆਲੋਚਨਾ ਹੋਵੇ। ਪੰਜਾਬ ਕਾਂਗਰਸ ਨੂੰ ਇਹ ਕੰਧ 'ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਜੀ। ਬਹੁਤ ਸ਼ੁਕਰੀਆ ਇਸ ਨੂੰ। ਸਾਡੇ ਨਾਲ ਮਾਲਵਿੰਦਰ ਸਿੰਘ ਮਾਲੀ ਜੀ, ਜਿਨ੍ਹਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਨੇ। ਪ੍ਰਤਾਪ ਸਿੰਘ ਬਾਜਵਾ ਨੇ ਜਿਹੜਾ ਇੱਕ ਬਿਆਨ ਦਿੱਤਾ, ਉਸਦਾ ਮੋੜਵਾਂ ਜਵਾਬ ਨਵਜੋਤ ਸਿੰਘ ਸਿੱਧੂ ਨੇ ਇਹਨਾਂ ਦੇ ਜ਼ਰੀਏ ਹੀ ਦਿੱਤਾ ਕਿ ਮੇਰੇ ਵੱਲੋਂ ਵੀ ਆਹੀ ਕੁਝ ਹੈ। ਔਰ ਇਸ ਸਿਆਸਤ ਦੇ ਬਾਰੇ ਤੁਹਾਡਾ ਨਿੱਜੀ ਤੌਰ ਦੇ ਉੱਤੇ ਕੀ ਮੰਨਣਾ ਹੈ? ਕੌਣ ਕਿਸ ਦੀ ਸਿਆਸਤ ਅਤੇ ਕਿਸ ਦੀ ਵਿਚਾਰਧਾਰਾ ਭਾਰੂ ਪੈ ਸਕਦੀ ਹੈ, ਕਿਸ ਦੇ ਉੱਤੇ ਇਸ ਦੇ ਨਾਲ ਪੰਜਾਬ ਦਾ ਕਿੰਨਾ ਭਲਾ ਹੋਣਾ ਅਤੇ ਪੰਜਾਬ ਦਾ ਨੁਕਸਾਨ ਕੌਣ ਕਰ ਸਕਦਾ? ਇਸ ਦੇ ਬਾਰੇ ਤੁਹਾਡਾ ਆਪਣਾ ਕੀ ਮੰਨਣਾ ਹੈ? ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ। ਅੱਜ ਦੀ ਇਸ ਮੁਲਾਕਾਤ ਵਿੱਚ ਇੰਨਾ ਹੀ। ਬਣੇ ਰਹੋ ABC ਪੰਜਾਬ ਦੇ ਨਾਲ।